ਐਸੇ ਲਿਖੀ ਹੋਈ ਵੀ ਹੋਰ ਪਾਣੀ ਆਉਣਗੇ ਤੇ ਬਾਕੀ ਜੋ ਸੁਪਰੀਮ ਕੋਰਟ ਦਾ ਜੱਜ ਸੀ ਉਹਨੇ ਜਦੋਂ ਚੰਗੀ ਤਰ੍ਹਾਂ ਛਾਣਬਣ ਕੀਤੀ ਹੁਣ ਇਹ ਕੇਸ ਇਹ ਹਿਮਾਚਲ ਟੂ ਰਾਜਸਥਾਨ ਇਸ ਬਣ ਚੁੱਕਿਆ ਵੀ ਇਹ ਕੋਈ ਸਟੇਟ ਕਿਤੇ ਟੁੱਟਦਾ ਆਪ ਜ਼ਿੰਮੇਵਾਰ ਦੂਜਾ ਨਹੀਂ ਜ਼ਿੰਮੇਵਾਰ ਉਹ ਕੇਸ ਦੇ ਵਿੱਚ ਫਿਰ ਇੱਥੇ ਗੱਲ ਪਹੁੰਚੀ ਸੀ ਵੀ ਹੁਣ ਇਹ ਚਾਰ ਸਟੇਟਾਂ ਦਾ ਇੰਟਰ ਸਟੇਟ ਮਸਲਾ ਹੋਣ ਕਰਕੇ ਨਾ ਜੋ ਭਾਰਤ ਦਾ ਸਾਰੇ ਡਰੇਨ ਦਾ ਵੱਡਾ ਕਮਿਸ਼ਨ ਹੈ ਉਹਦੀ ਪਰਮਿਸ਼ਨ ਲੈਣੀ ਬਸ ਸਿਰਫ ਇਹ ਕੇਸ ਆਪਣਾ ਹੁਣ ਇੱਥੇ ਗਿਆ ਸਿਰਫ ਜੱਜ ਨੇ ਮੂੰਹ ਫੈਸਲਾ ਹੀ ਸੁਣਾਉਣਾ ਤੇ ਆਹ ਸਾਰੇ ਤੁਹਾਡੇ ਕੋਲ ਤੇ ਉਹ ਕਿਹੜਾ ਜਿਹੜਾ ਖਾਂ ਸੀ ਇਹ ਆਹ ਇੱਕ ਵਾਰੀ ਅਸੀਂ ਇਹ ਡੀ ਸੀ ਸਾਹਿਬ ਨੂੰ ਕਿਹਾ ਵੀ ਸਾਹਿਬ ਸਾਡੀ ਅੰਦਰੋਂ ਅੰਦਰੋਂ ਤਾਂ ਸਫਾਈ ਕਰਾ ਦਿਓ ਚਲੋ ਜਦੋਂ ਕੇਸ ਚੱਲਦਾ ਚੱਲੀ ਜਾਏਗਾ ਅਸੀਂ ਕਰ ਲਵਾਂਗੇ ਅਤੇ ਡਰੇਨ ਮਹਿਕਮਾ ਕਹਿੰਦੇ ਕਰੇ ਵੀ ਇਹਦੇ 'ਤੇ ਤਾਂ ਸਟੇਅ ਲੱਗੀ ਅਸੀਂ ਸਾਫ਼ ਨਹੀਂ ਕਰ ਸਕਦੇ ਇਹ ਫਿਰ ਸੁਪਰੀਮ ਕੋਰਟ 'ਚੋਂ ਕਾਗਜ਼ ਆਇਆ ਸੀ ਵੀ ਇਹ ਆਪ ਜਿਹੜਾ ਨੋ ਸਟੇਅ ਵੀ ਇਹਦੇ ਅੰਦਰੋਂ ਜਿੱਥੋਂ ਮਰਜ਼ੀ ਸਾਫ਼ ਕਰ ਲਓ ਜਾਂ ਕੋਈ ਬੰਦ ਛੋਟਾ ਉੱਤੇ ਮਿੱਟੀ ਪਾ ਲਓ ਇਹ ਵੀ ਕੰਮ ਹੋ ਗਿਆ ਆਹ ਜਿਹੜੀ ਆਪਣੀ ਤਰੀਕ ਕਦੇ ਵੀ ਵੇਖਣੀ ਹੋਵੇ ਸੁਪਰੀਮ ਕੋਰਟ 'ਚ ਕਿੰਨੀ ਹੈ ਇਹ ਆਹ ਐਡਰੈਸ ਇਹਦੇ ਉੱਤੇ ਮਾੜਾ ਜਿਹਾ ਕੰਪਿਊਟਰ 'ਚ ਪਾਓ ਕੰਪਿਊਟਰ ਆਪੇ ਹੀ ਕੱਢ ਦਿੰਦਾ ਇਹ 28 ਤਰੀਕ ਸੀ ਹੁਣ ਫੇਰ ਅਗਾਂਹ ਕਰ ਦਿੱਤੀ 2 ਸਾਲ ਹੋ ਗਏ ਨੇ ਸਾਨੂੰ ਇਹ ਨਹੀਂ ਸਮਝ ਆਉਂਦੀ ਵੀ ਤਰੀਕ ਕਿਉਂ ਅਗਾਂਹ ਕਰ ਦਿੱਤੀ ਗਈ ਬਗੈਰ ਸੁਣਵਾਈ ਤੋਂ ਅਤੇ ਉੱਧਰੋਂ ਕੌਣ ਆਉਂਦਾ ਦੂਜੀ ਪਾਰਟੀ ਕੌਣ ਹੈ ਹਾਂਜੀ ਦੂਜੀ ਪਾਰਟੀ ਕੌਣ ਹੈ ਪਾਰਟੀ ਆਪਣੀਆਂ ਸਰਕਾਰਾਂ ਨੇ ਪੰਜਾਬ ਹਰਿਆਣਾ ਰਾਜਸਥਾਨ ਤਿੰਨ ਸਰਕਾਰਾਂ ਪਾਰਟੀਆਂ ਨੇ ਹਾਂਜੀ ਇੱਕ ਪਾਸੇ ਲੋਕ ਨੇ ਇੱਕ ਪਾਸੇ ਪਬਲਿਕ ਅੱਛਾ ਉਹ ਸਹੀ ਆ ਵਕੀਲ ਸਾਹਿਬ ਦਾ ਐਡਰੈਸ ਲਿਖਿਆ ਹੈ ਕੋਈ ਨਹੀਂ ਮੈਂ ਕਰ ਲਊਂਗਾ ਵਕੀਲ ਸਾਹਿਬ ਨੂੰ ਦਿੱਲੀ ਜਾ ਕੇ ਮਿਲਿਆ ਜੇ ਕੋਈ ਗੱਲ ਨਹੀਂ ਸੀ ਗੇਟ 'ਚ ਬਹਿੰਦਾ ਸੁਪਰੀਮ ਕੋਰਟ ਦੇ ਸੀ ਗੇਟ ਦੇ ਅੰਦਰ ਵੜਦੀ ਤੀਜਾ ਕਮਰਾ ਉਹ ਤਾਂ ਬੁਲਾ ਲੈਣਗੇ ਜੀ ਉਹ ਤਾਂ ਕੋਈ ਨਾ ਉਹ ਤੇ ਐਡਰੈਸ ਵੀ ਹੈ ਕੇ ਕੇ ਮੂਨ ਤੇ ਲਿਖਿਆ ਹੋਇਆ ਹੈ ਉਹ ਤਾਂ ਕਰ ਲਾਂਗੇ ਤੇ ਉਹਦਾ ਫੋਨ ਨੰਬਰ ਵੀ ਲਿਖਿਆ ਹੋਇਆ ਹੈ ਨਹੀਂ ਕੋਈ ਨਹੀਂ ਹਾਂਜੀ ਤੇ ਉਹ ਵਕੀਲ ਸਾਹਿਬ ਨੂੰ ਰਾਇ ਲੈ ਕੇ ਨਾ ਸਾਰੀ ਤੇ ਤੁਸੀਂ ਬਸ ਆਪਣਾ ਐਪਲੀਕੇਸ਼ਨ ਪਾਓ ਵੀ ਸਾਡੇ ਸਬ ਡਿਵੀਜ਼ਨ ਮੂਨਕ ਵੱਲੋਂ ਮੇਮ ਇਹ ਇਕੱਲੇ ਮੂਨਕ ਨੂੰ ਕਿਉਂ ਸਬ ਡਿਵੀਜ਼ਨ ਮਾਰੇ ਜਾਂਦੇ ਕਰੋ ਜੀ ਸੁਣਵਾਈ ਕਰੋ ਜੀ ਤਾਂ ਕੰਮ ਇੱਕ ਮਿੰਟ ਤੱਕ ਨਹੀਂ ਦੱਸ ਰਿਹਾ ਨਾ ਉਹ ਜਦੋਂ ਚਾਰ ਬਈ ਸਮਝਾ ਰਿਹਾ ਵਧੀਆ ਸਮਝਾ ਰਿਹਾ ਦੂਜਾ ਐਪਲੀਕੇਸ਼ਨ ਜਾਏਗੀ ਜੱਜ ਸਾਹਿਬ ਅੱਗੇ ਤੇ ਜੱਜ ਸਾਹਿਬ ਸਭ ਸੋਚਣਗੇ ਨਹੀਂ ਤੇ ਆਹ ਜਿਵੇਂ ਸਮਝਾਇਆ ਵੀ ਐਤਕੀ ਯਾਨੀ ਵੇਖੋ ਦਰਿਆ ਦਾ ਲੇਵਲ ਉੱਚਾ ਫਸਲਾਂ ਦਾ ਲੇਵਲ ਨੀਵਾਂ ਵੀ ਇੰਨਾ ਉਦਾਂ ਪਾਣੀ ਚੜ ਗਿਆ ਤੇ ਬਸ ਹੁਣ ਜੱਜ ਸਾਹਿਬ ਤੋਂ ਉੱਥੇ ਕੋਸ਼ਿਸ਼ ਕਰੋ ਜਾ ਕੇ ਜੀ ਉੱਥੋਂ ਇਹਦਾ ਹੱਲ ਨਿਬੜਨਾ ਨਹੀਂ ਮਤਲਬ ਹੁਣ ਤਾਂ ਤਰੀਕ ਪੈਂਦੀ ਹੈ ਤੁਹਾਡੀ ਹੁਣ ਅਗਲੀ ਤਰੀਕ ਕਿਹੜੀ ਪੈਂਦੀ ਉਹਨਾਂ ਹਜੇ ਜੀ ਪੱਕੀ ਦੱਸੀ ਇੰਝ ਵਕੀਲ ਨੇ ਕਿਹਾ ਸੀ ਵੀ ਜਨਵਰੀ 'ਚ ਪਏਗਾ ਤੇ ਬਹੁਤ ਲੇਟ ਕਰ ਛੱਡਦੇ ਹਾਂ ਹੁਣ ਆਪਾਂ ਇਹ ਚਾਹੁੰਦੇ ਹਾਂ ਕਿ ਘੱਟੋ ਘੱਟ ਸਫਾਈ ਤਾਂ ਕਰੋ ਨਾ ਵਿੱਚੋਂ ਸਫਾਈ ਕਰਨਾ ਨਾਲੇ ਕੋਰੇ ਜੀ ਹੁਣ ਤਾਂ ਜਿਵੇਂ ਇੱਕ ਆਇਆ ਚਲੋ ਟੱਪ ਜਾਏਗਾ ਕੋਈ ਗੱਲ ਨਹੀਂ ਹਾਂਜੀ ਪਰ ਸੁਪਰੀਮ ਕੋਰਟ ਜੀ ਦੀ ਕਾਰਵਾਈ ਤਾਂ ਹੋਵੇ ਨਾ ਜੀ ਗੱਲ ਉੱਥੋਂ ਚੱਲੇਗੀ ਨਹੀਂ ਤਾਂ ਉਹਨੂੰ ਫਿਰ ਮਰ ਜਾਾਂਗੇ ਆਪਾਂ ਜਿਵੇਂ ਰਹਿੰਦਾ 1 ਸਾਲ ਦਾ ਖਤਰਾ ਹੈ 1 ਸਾਲ ਦਾ ਖਤਰਾ ਹੈ ਐਵੇਂ ਹੀ ਹੱਲ ਹੋ ਜੇ ਵੀ ਅਗਾਂ ਵੀ ਚੌੜਾ ਹੋ ਜੇ ਉਹੀ ਚੀਜ਼ ਹੈ ਇਹੀ ਮੇਰੇ ਗੱਲ ਹਾਂ ਅਗਲੀ ਸਾਈਡ ਵੀ ਇਹ ਦੋ ਲਾਈਨਾਂ ਤੱਕ ਕਿੰਨਾ 18 ਕਿਲੋਮੀਟਰ ਇਹ ਮਤਲਬ ਮੋੜ ਕੋਟ ਕਰਕੇ 18 ਕਿਲੋਮੀਟਰ ਰਹਿ ਗਿਆ ਨਹੀਂ ਪੰਜਾਬ ਦੀ ਅੱਧ ਕਿੰਨੀ ਬਣਦੀ ਆਪਣੀ ਕੱਲੇ 18 ਜੋ ਕੁਛ ਵੀ ਉਸ ਇੰਜੀਨੀਅਰ ਮਿਲ ਗਏ ਨੇ ਉਹ ਆਪਣਾ ਬਸ ਨਹੀਂ ਚਾਹੇ ਪੰਜਾਬ ਵਿੱਚ ਹਰਿਆਣਾ ਉਹ ਤੇ ਜਿਹੜੇ ਮਿਲ ਗਏ ਨੇ ਇਹ ਅੰਗਰੇਜ਼ੀ 'ਚ ਉਹਨੂੰ ਫੇਜ ਕਹਿੰਦੇ ਨੇ ਆਪਾਂ ਕਹਿੰਦੇ ਹਾਂ ਪਹਿਲਾ ਹਿੱਸਾ ਇਹ ਇੱਥੇ ਤੱਕ ਜਿਹੜਾ ਬਣਾਉਣਾ ਸੀ ਨਾ ਇਹ ਬਾਕੀ 1-2 ਕਿਲੋਮੀਟਰ ਪਿੱਛੇ ਰਹਿਣਾ ਸੀ ਅੱਧ ਉੱਥੇ ਬਣਨਾ ਸੀ ਪਰ ਇਹ ਨਾਲ ਲੱਗ ਵੀ ਚਲੋ ਪੋੜਨਾ ਲੱਗ ਜਾਏਗਾ ਇੱਥੋਂ ਨਾ ਪਾਣੀ ਨਿਕਲੇ ਹੈ ਜੀ ਆਪਾਂ ਨੂੰ ਫਾਇਦਾ ਹੋ ਗਿਆ ਹੁਣ ਇਹ ਜਿਹੜਾ ਅਗਲਾ ਹਿੱਸਾ ਇਹੀ ਪੂਰਾ ਉਹਨਾਂ ਕਰਨਾ ਅੰਗਰੇਜ਼ੀ 'ਚ ਇਹਨੂੰ ਸੈਕਿੰਡ ਫੇਸ ਕਹਿੰਦੇ ਨੇ ਬਸ ਆਹ ਸੈਕਿੰਡ ਫੇਸ 'ਚ ਆ ਜਾਊ ਹਾਂ ਮਤਲਬ ਆਪਾਂ ਇਹ ਚਾਹੁੰਦੇ ਕਿ ਸੈਕਿੰਡ ਫੇਸ ਸ਼ੁਰੂ ਕਰਾਇਆ ਜਾਵੇ ਸ਼ੁਰੂ ਕਰਾਇਆ ਬਿਲਕੁਲ ਆਪਣਾ ਆਹ ਮਸਲਾ ਆ ਗਿਆ ਕੋਈ ਨਹੀਂ ਸੁਪਰੀਮ ਕੋਰਟ ਦੀ ਮਦਦ ਕਰੋ ਤੇ ਮੈਂ ਦਿੱਲੀ ਲੈ ਕੇ ਜਾਣਾ ਹਾਂਜੀ ਹਾਂਜੀ ਤੇ ਮੈਂ ਡਰੇਨੇਜ ਡਿਪਾਰਟਮੈਂਟ ਨੂੰ ਵੀ ਮਿਲਦਾ ਅੱਛਾ ਮੈਂ ਇਹਨੇ ਦੱਸ ਦਿੰਦਾ ਤੁਹਾਡਾ ਫੋਨ ਨੰਬਰ ਮੈਂ ਦੇ ਦਿੰਦਾ ਸਾਰੇ ਇਲਾਕੇ ਦੇ ਸਤਿਕਾਰਯੋਗ ਵਸਨੀਕ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਪਰਮਾਤਮਾ ਨੇ ਮਿਹਰ ਕੀਤੀ ਹੈ ਅਤੇ ਤੁਸੀਂ ਬਹੁਤ ਮਿਹਨਤ ਕਰਕੇ ਤੁਸੀਂ ਦਿਨ ਰਾਤ ਪਹਿਰਾ ਰੱਖ ਕੇ ਪੱਲਿਓ ਪੈਸੇ ਖਰਚ ਕੇ ਵੀ ਬਹੁਤ ਸਾਰਾ ਇਸ ਤਰ੍ਹਾਂ ਦਾ ਪ੍ਰਬੰਧ ਕੀਤਾ ਕਿ ਇਸ ਵਾਰ ਸ਼ਾਇਦ ਚਲੋ ਅਰਦਾਸ ਕਰਦੇ ਹਾਂ ਪਰਮਾਤਮਾ ਕਿ ਸ਼ਾਇਦ ਐਤਕੀ ਘੱਗਰ ਜਿਹੜਾ ਉਹ ਬਿਨਾਂ ਨੁਕਸਾਨ ਕਰੇ ਲੰਘ ਜੇ ਕਿਉਂਕਿ ਫਸਲਾਂ ਬਹੁਤ ਬਹੁਤ ਹੀ ਵਧੀਆ ਪੱਕੀਆਂ ਪਈਆਂ ਨੇ ਹੁਣ ਤਾਂ ਬਸ ਮੰਡੀਆਂ 'ਚ ਲਿਜਾਣ ਦੀ ਦੇਰ ਹੈ ਪਰ ਇੱਕ ਗੱਲੋਂ ਮੈਨੂੰ ਥੋੜ੍ਹਾ ਜਿਹਾ ਦੁੱਖ ਵੀ ਹੈ ਕਿ ਪ੍ਰਸ਼ਾਸਨ ਨੇ ਕੁਛ ਨਹੀਂ ਕੀਤਾ ਜਦੋਂ ਮੈਂ ਆਇਆ ਉਹਦੇ ਉਦੋਂ ਬਾਅਦ ਆਏ ਨੇ ਸਾਰੇ ਅਫਸਰ ਉਦੋਂ ਬਾਅਦ ਇਹਨਾਂ ਨੇ ਐਕਸ਼ਨ ਲੈਣਾ ਸ਼ੁਰੂ ਕੀਤਾ ਨਾ ਕੋਈ ਗੱਟਾ ਇਹਨਾਂ ਕੋਲ ਖਾਲੀ ਸੀ ਨਾ ਕੋਈ ਜਾਲ ਨਾ ਕੋਈ JCB ਠੀਕ ਹੈ ਨਾ ਤੁਸੀਂ ਮੈਨੂੰ ਇੱਥੇ ਖੜਿਆਂ ਨੂੰ ਕਿਹਾ ਸੀਗਾ ਕਿ ਸਾਨੂੰ ਆਹ ਚਾਹੀਦਾ ਮੈਂ ਕਿਹਾ ਸੀ ਹੁਣੀ ਹੁਣੀ ਸ਼ੁਰੂ ਕਰ ਲਓ
ਜਿੰਨੇ ਮਰਜ਼ੀ ਪੈਸੇ ਲੱਗ ਜਾਣ ਉਹ ਆਪਾਂ ਬਾਅਦ 'ਚ ਐਮ ਪੀ ਫੰਡ 'ਚੋਂ ਕਰ ਲਈਏ, ਜਿਵੇਂ ਮਰਜ਼ੀ ਕਰ ਲਈਏ, ਤੁਸੀਂ ਕਿਰਾਂ ਦਰਿਆ ਨੂੰ ਜਿਹੜਾ ਉਹਨੂੰ ਬੰਨ ਲਾਓ ਅਤੇ ਜਾਂ ਬੰਨਾਂ ਨੂੰ ਬਚਾਓ ਬਸ। ਸੋ ਇਸ ਗੱਲ ਲਈ ਮੈਂ ਤੁਹਾਨੂੰ ਵਧਾਈ ਦਿੰਦਾ ਕਿ ਤੁਸੀਂ ਦਿਨ ਰਾਤ, ਮੈਨੂੰ ਪਤਾ ਜਸਵੀਰ ਹੋਰਾਂ ਨੂੰ ਘੰਟੇ ਘੰਟੇ ਮੈਂ ਭੇਜਦਾ ਰਿਹਾ ਹੁਣ ਕਿਹੜੇ ਨੱਕੇ 'ਤੇ ਹੋ, ਹੁਣ ਕਿਹੜੇ ਨੱਕੇ 'ਤੇ ਹੋ। ਸੋ ਹੁਣ ਮੈਨੂੰ ਲੱਗਦਾ ਇੱਕ ਇੱਕ ਫੁੱਟ ਦੇ ਕਰੀਬ ਡਾਊਨ ਆ ਗਿਆ, ਮੇਰੀ ਗੱਲ ਵੀ ਹੋਈ ਸੀਗੀ ਚੰਡੀਗੜ੍ਹ, ਅਤੇ ਹੁਣ ਪਾਣੀ ਨੂੰ ਜਿਹੜਾ ਫਲੋ ਉੱਧਰੋਂ ਘਟਾ ਰਹੇ ਨੇ। ਸੋ ਇਹ ਸੁੱਖ ਦਾ ਸਾਹ ਹੁਣ ਆਇਆ, ਅਤੇ ਬਾਕੀ ਮੈਂ ਹਰ ਵਕਤ ਤੁਹਾਡੇ ਲਈ ਹਾਜ਼ਰ ਹਾਂ। ਹੁਣ ਇਹ ਤਾਂ ਚਲੋ ਇਸ ਵਾਰ ਤਾਂ ਚਲੋ ਪਰਮਾਤਮਾ ਦੀ ਕਿਰਪਾ ਹੋ ਗਈ, ਚਲੋ ਆਪਾਂ ਨੇ ਰਾਖੀ ਕਰਕੇ ਲੰਘ ਗਿਆ ਇਸ ਵਾਰ, ਜੇ ਮੌਸਮ ਵੀ ਹੁਣ ਤਾਂ ਠੀਕ ਹੈ, ਪਰ ਹੁਣ ਗਾਹਾਂ ਵਾਲੀ ਵਾਰੀ ਫੇਰ ਇੱਦਾਂ ਦਾ ਹੋ ਜਾਂਦਾ। ਇਹ ਹਰੇਕ ਸਾਲ ਦਾ ਇਹ ਮਤਲਬ ਇੱਕ ਸਮਝ ਲਓ ਕੈਂਸਰ ਬਣਿਆ ਪਿਆ, ਇਹ ਨਸੂਰ ਬਣਿਆ ਪਿਆ ਹੈ ਪਾਰਲੀਮੈਂਟ 'ਚ। ਮੈਂ ਪਹਿਲਾਂ ਵੀ ਬੋਲਿਆ ਸੀਗਾ ਕਿ ਮਤਲਬ ਹਰੇਕ ਸਾਲ ਲੋਕ ਕਹਿੰਦੇ ਨੇ ਹੇ ਪਰਮਾਤਮਾ ਐਤਕੀ ਘੱਗਰ ਨਾ ਆਵੇ, ਨਹੀਂ ਤਾਂ ਅਸੀਂ ਮਾਰੇ ਜਾਵਾਂਗੇ। ਸੋ ਇੱਥੇ ਤੱਕ ਜਿਹੜਾ ਇਹ ਫਸਟ ਫੇਜ਼ ਜਿਹੜਾ ਪੂਰਾ ਹੋ ਗਿਆ ਇਹਦੀ ਚੜ੍ਹਾਈ ਦਾ, ਹੁਣ ਇੱਦੋਂ ਅੱਗੇ ਸੈਕਿੰਡ ਫੇਜ਼ ਜਿਹੜਾ ਉਹ ਪੋਹ ਸ਼ੁਰੂ ਕਰਨ ਵਾਸਤੇ ਲੜਾਈ ਆਪਾਂ ਲੜ ਰਹੇ ਹਾਂ। ਅਤੇ ਮੈਂ ਕਿਉਂਕਿ ਤੁਸੀਂ ਮੈਨੂੰ ਉੱਥੇ ਆਪਣਾ ਪ੍ਰਤੀਨਿਧੀ ਬਣਾ ਕੇ ਭੇਜਿਆ ਵੀ ਜਾ ਕੇ ਸਾਡੇ ਮਸਲੇ ਭਾਈ ਸਰਕਾਰਾਂ ਦੇ ਕੰਨਾਂ ਤੱਕ ਪਹੁੰਚਾ, ਉਹ ਮੇਰਾ ਫਰਜ਼ ਬਣਦਾ। ਹੁਣ ਮੇਰੇ ਕੋਲ ਕਾਗਜ਼ ਪੱਤਰ ਵੀ ਆ ਗਏ, ਕਿਸੇ ਵਕੀਲ ਨੂੰ ਵੀ ਵੱਡੇ ਨੂੰ ਮਿਲਣਾ ਪੈ ਗਿਆ, ਦਿੱਲੀ ਬਹੁਤ ਸਾਰੇ ਸਾਡੇ ਜਿਹੜੇ ਪਾਰਟੀ ਦੇ ਵੀ ਵਕੀਲ ਵੱਡੇ ਸਾਡੇ ਨਾਲ ਨੇ, ਸੋ ਉਹਨਾਂ ਨਾਲ ਵੀ ਗੱਲ ਕਰਾਂਗੇ। ਹੁਣ ਜਦੋਂ ਆ ਫਸਲ ਤੋਂ ਬਾਅਦ ਮੇਰਾ ਇਹੀ ਇਰਾਦਾ ਰਹੂਗਾ ਹੁਣ ਕਿ ਹੁਣ ਅਗਲੀ ਵਾਰ ਘੱਟੋ ਘੱਟ ਐਂ ਗੱਟੇ ਚੱਕ ਕੇ, ਅਗਲੀ ਵਾਰ ਐਂ ਜਾਲ ਲਾ ਕੇ ਜੇ ਸੀ ਬੀਆਂ ਜਾਂ ਮਿੰਤਾਂ ਐਸ ਡੀ ਐਮਾਂ ਦੀਆਂ ਬੀ ਡੀ ਓ ਦੀਆਂ ਡੀ ਸੀ ਦੀਆਂ ਨਾ ਕਰਨੀਆਂ ਪੈਣ, ਐਂ ਇਹ ਫਲੋ ਦੇ ਵਿੱਚ ਅੱਗੇ ਲੰਘ ਜੇ। ਸੋ ਮੈਂ ਪਾਰਲੀਮੈਂਟ ਦੇ ਵਿੱਚ ਵੀ ਇਹ ਮਾਮਲਾ ਉਠਾਉਣਾ, ਉਦੋਂ ਪਹਿਲਾਂ ਮੈਂ ਵਕੀਲਾਂ ਨੂੰ ਮਿਲ ਕੇ ਇਸ ਕੇਸ ਨੂੰ ਜੇ ਕੋਈ ਬੁਲਾਉਣਾ ਪਿਆ ਤੁਹਾਡੇ 'ਚੋਂ ਮੈਂ ਜਿਹੜੇ ਤੁਸੀਂ ਕੇਸ ਦੇ ਜਾਣਕਾਰ ਹੋ ਦਿੱਲੀ ਵੀ ਬੁਲਾਵਾਂਗੇ, ਬਹਿ ਕੇ ਇਹਦਾ ਕੋਈ ਹੱਲ ਪੱਕਾ ਕਰੀਏ। ਦੇਖੋ ਕੈਂਸਰ ਅਤੇ ਆਇਓਡੈਕਸ ਲਾਉਣ ਨਾਲ ਕੈਂਸਰ ਨਹੀਂ ਹਟਦਾ, ਦਵਾਈ ਅੰਦਰ ਦੇਣੀ ਪੈਣੀ ਹੈ, ਇਹ ਬਾਹਰੋਂ ਆਪਾਂ ਇਲਾਜ ਕਰ ਲੈਂਦੇ ਹਾਂ। ਹੈਗਾ ਜਿਹੜੀ ਬਿਮਾਰੀ ਹੈ ਉਹ ਜੜ੍ਹਾਂ 'ਚ ਹੈ, ਸਪਰੇ ਪੱਤਿਆਂ 'ਤੇ ਕਰੀ ਜਾਂਦੇ, ਜੇ ਜੜ੍ਹਾਂ 'ਚ ਸਪਰੇ ਹੋ ਜੇ ਫਿਰ ਪੱਤਿਆਂ 'ਤੇ ਸਪਰੇ ਕਰਨ ਦੀ ਲੋੜ ਨਹੀਂ ਪੈਣੀ। ਸੋ ਮੈਂ ਚਾਹੁੰਦਾ ਕਿ ਆਪਣੀਆਂ ਜਿਹੜੀਆਂ ਇਹ ਫਸਲਾਂ ਨੇ ਬਹੁਤ ਸੋਹਣੀਆਂ ਅਤੇ ਬਹੁਤ ਮੈਨੂੰ ਅੱਜ ਖੁਸ਼ੀ ਹੋਈ ਕਿ ਇਹ ਫਸਲਾਂ ਜਿਹੜੀਆਂ ਨੇ ਇਸ ਵਾਰ ਮੰਡੀ 'ਚ ਵੀ ਜਾਣਗੀਆਂ, ਅਤੇ ਮੰਡੀਆਂ ਜਦੋਂ ਜਾਣਗੀਆਂ ਉਦੋਂ ਬਾਅਦ ਕਬੀਲਦਾਰੀਆਂ ਆਪਣੀਆਂ ਘਰਾਂ ਦੀਆਂ ਚੱਲਣਗੀਆਂ। ਅਤੇ ਮੈਂ ਡੀ ਸੀ ਨਾਲ ਵੀ ਹਰ ਘੰਟੇ ਘੰਟੇ ਦੋ ਦੋ ਘੰਟੇ ਮੈਂ ਪੁੱਛਦਾ ਸੀ, ਸਰ ਕੀ ਹੋਇਆ, ਕੋਈ ਨੱਕੇ 'ਤੇ ਕੋਈ ਪ੍ਰੋਬਲਮ ਤਾਂ ਨਹੀਂ ਕੋਈ? ਔਰ ਮੈਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਤੁਸੀਂ ਮੇਰੀ ਇਹ ਗੱਲ ਨੂੰ ਵੀ ਮੰਨਿਆ ਕਿ ਭਾਈ ਆਪਸ ਦੇ ਵਿੱਚ ਕੋਈ ਲੜਾਈ ਨਹੀਂ ਕਰਨੀ ਆਪਾਂ, ਵੀ ਜਾਂ ਤੂੰ ਸਾਡਾ ਨੱਕਾ ਨਾ ਤੋੜੀ, ਤੂੰ ਸਾਡੇ ਨਨਕੇ 'ਤੇ ਆ ਕੇ ਦਿਖਾਈ, ਇੱਦਾਂ ਪਹਿਲਾਂ ਲੜਾਈਆਂ ਹੋਈਆਂ ਸੀ। ਚਲੋ ਇਸ ਵਾਰ ਆਪਾਂ ਭਾਈਚਾਰਕ ਸਾਂਝ ਵੀ ਰੱਖ ਲਈ, ਅਤੇ ਨਾਲ ਨਾਲ ਆਪਾਂ ਆਪਣੇ ਜਿਹੜੇ ਫਸਲਾਂ ਜਾਂ ਆਪਣਾ ਜਿਹੜਾ ਨੁਕਸਾਨ ਹੈ ਉਹਨੂੰ ਬਚਾਉਣ 'ਚ ਕਾਫੀ ਹੱਦ ਤੱਕ ਕਾਮਯਾਬ ਹੋ ਗਏ। ਅਤੇ ਮੈਂ ਤਾਂਹੀਓ ਅੱਜ ਫਿਰ ਦੁਬਾਰੇ ਆਇਆ ਕਿ ਇਹ ਦੇਖ ਕੇ ਆਈਏ ਕਿ ਹੁਣ ਕਿਵੇਂ ਕੀ ਹਾਲਤ ਹੈ। ਅਤੇ ਅੱਜ ਮੈਨੂੰ ਆ ਕੇ ਤੁਹਾਡੇ ਉਸ ਦਿਨ ਜਦੋਂ ਮੈਂ ਆਇਆ ਸੀਗਾ ਤਾਂ ਤੁਹਾਡੇ ਜਿਹੜੇ ਚਿਹਰੇ ਸੀਗੇ ਉਹ ਉੱਡੇ ਪਏ ਸੀ, ਡਰ ਸੀਗਾ ਕਿ ਪਤਾ ਨਹੀਂ ਕੀ ਹੋਊਗਾ, ਉੱਥੋਂ ਨਾ ਟੁੱਟ ਜੇ, ਉਹ ਦੇਖੋ ਜਿਹਾ ਹਾਲਤ ਹੈ ਨਾ। ਸੋ ਹੁਣ ਅੱਜ ਤੁਹਾਡੇ ਚਿਹਰੇ ਜਿਹੜੇ ਨੇ ਥੋੜ੍ਹੇ ਜਿਹੇ ਰਿਲੈਕਸ ਨੇ, ਅਤੇ ਤੁਹਾਨੂੰ ਇਹ ਲੱਗ ਰਿਹਾ ਕਿ ਹਾਂ ਚਲੋ ਇਸ ਵਾਰ ਅਸੀਂ ਕਾਮਯਾਬ ਰਹਾਂਗੇ। ਮੈਂ ਧੰਨਵਾਦ ਕਰਦਾ ਤੁਹਾਡਾ, ਤੁਸੀਂ ਮੇਰੇ 'ਤੇ ਯਕੀਨ ਕੀਤਾ, ਔਰ ਮੈਂ ਜਿੱਥੋਂ ਤੱਕ ਮੇਰਾ ਵਾਹ ਲੱਗੂਗਾ, ਜਿੱਥੋਂ ਤੱਕ ਮੇਰੀ ਸ਼ਕਤੀ ਹੈ, ਚਾਹੇ ਮੈਨੂੰ ਇੱਧਰੋਂ ਉੱਧਰੋਂ ਕਿਸੇ ਹੋਰ ਦੀ ਵੀ ਸ਼ਕਤੀ ਦਾ ਸਹਾਰਾ ਲੈਣਾ ਪੈ ਜਾਵੇ, ਕੋਈ ਹੋਰ ਚਾਰ ਐਮ ਪੀ ਇਕੱਠੇ ਕਰਨੇ ਪੈ ਜਾਣ, ਪਰ ਮੈਂ ਇਹ ਮਾਮਲਾ ਜਿਹੜਾ ਪਾਰਲੀਮੈਂਟ ਦੇ ਵਿੱਚ ਜ਼ੋਰ ਸ਼ੋਰ ਦਾ ਪਹਿਲੀ ਗੱਲ ਤਾਂ ਤੁਹਾਡਾ ਜੀ ਆਇਆਂ ਦਾ, ਉਸ ਤੋਂ ਬਾਅਦ ਜੀ ਅਸੀਂ ਤੁਹਾਨੂੰ ਜਿਤਾ ਕੇ ਭੇਜੇ ਇੱਥੋਂ।
Good morning. और ये चैनल आपको ऐसा ही एहसास देता रहेगा। अगर आपने सब्सक्राइब नहीं किया चैनल तो जल्दी से कर लो और नोटिफिकेशन के बेल आइकन पे क्लिक कर लो। दोस्तों, अगर आपको हमारी यह वीडियो अच्छी लगी हो तो इस वीडियो को लाइक करें और ज्यादा से ज्यादा इस वीडियो को शेयर करें। और अगर आपने अभी तक हमारे चैनल को सब्सक्राइब नहीं किया है तो जल्द से जल्द हमारे चैनल को सब्सक्राइब करें। मिलते हैं एक नए वीडियो और एक अच्छे विषय के साथ, तब तक के लिए नमस्कार।